ਤੇ ਅੱਜ ਪੁਲਿਸ ਦਾ ਰਵੱਈਆ ਕੀ ਹੈ 40 ਸਾਲਾਂ ਚ ਕੀ ਬਦਲ ਗਿਆ ਨਾ ਸਟੇਟ ਬਦਲੀ ਹੈ ਨਾ ਸਰਕਾਰ ਬਦਲੀ ਹੈ ਨਾ ਪੁਲਿਸ ਬਦਲੀ ਹੈ ਨਾ ਉੱਥੋਂ ਦੇ ਲੋਕ ਬਦਲੇ ਸਭ ਕੁਝ ਉਵੇਂ ਹੀ ਹੈ ਅੱਜ ਧਰਨਿਆਂ ਤੇ ਬੈਠੀਆਂ ਸਾਡੀਆਂ ਬੀਬੀਆਂ ਨੂੰ ਭੈਣਾਂ ਨੂੰ ਗਾਲਾਂ ਕੱਢ ਕੱਢ ਕੇ ਚੱਕਿਆ ਜਾ ਰਿਹਾ ਕੀ ਬਦਲ ਗਿਆ ਉੱਥੇ ਜੇ ਅਸੀਂ ਕੁਝ ਮਾੜਾ ਜਿਹਾ ਵੀ ਕਰ ਦਿੰਦੇ ਹਾਂ ਉਹਨੂੰ ਤੁਸੀਂ ਜਿਹੜੇ 60 ਸਾਲ ਤੋਂ ਉੱਤੇ ਹੋ 50 ਸਾਲ ਤੋਂ ਉੱਤੇ ਵਾਇਲੈਂਸ ਕਹਿ ਦਿੰਦੇ ਹੋ ਪਰ ਤੁਸੀਂ ਟਾਈਮ ਨਾਲ ਸਮੇਂ ਨਾਲ ਚੇਂਜ ਨਹੀਂ ਹੋਏ ਸਮਾਂ ਬਹੁਤ ਅੱਗੇ ਚਲਿਆ ਗਿਆ ਹੈ ਅੱਜ ਜੇ ਪੁਲਿਸ ਕਿਸੇ ਨੂੰ ਬਿਨਾਂ ਗੱਲ ਤੋਂ ਘਰੋਂ ਚੱਕਦੀ ਹੈ ਉਹ ਵਾਇਲੈਂਸ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਬਿਨਾਂ ਕਿਸੇ ਗੱਲ ਤੋਂ ਚੱਕਿਆ ਗਿਆ ਉਹ ਵਾਇਲੈਂਸ ਨਹੀਂ ਜੇ ਉਹਨਾਂ ਨੇ ਠਾਣਾ ਘੇਰ ਲਿਆ ਉਹ ਵਾਇਲੈਂਸ ਹੋ ਗਈ ਜਿਹੜੀ ਵਾਇਲੈਂਸ ਸਟੇਟ ਕਰ ਰਹੀ ਹੈ ਉਹਨੂੰ ਕੌਣ ਡਿਫਾਈਨ ਕਰੂਗਾ ਸਟੇਟ ਜੋ ਮਰਜ਼ੀ ਕਰੇ ਉਹ ਵਾਇਲੈਂਸ ਨਹੀਂ ਅਸੀਂ ਕੁਝ ਕਰੀਏ ਉਹ ਵਾਇਲੈਂਸ ਹੈ ਦੁਨੀਆ ਕੇਵਲ ਤੁਹਾਡੇ ਲੰਗਰਾਂ ਨੂੰ ਅਸੈਪਟ ਕਰਦੀ ਹੈ ਤੁਹਾਨੂੰ ਨਹੀਂ ਅਸੈਪਟ ਕਰਦੀ ਜਦੋਂ ਤੁਸੀਂ ਜ਼ੁਲਮ ਦੇ ਖਿਲਾਫ ਮਿਆਰ ਚੋਂ ਤਲਵਾਰ ਕੱਢ ਕੇ ਖੜਦੇ ਹੋ ਦੁਨੀਆ ਨਹੀਂ ਤੁਹਾਨੂੰ ਅਸੈਪਟ ਕਰਦੀ 550 ਸਾਲ ਦਾ ਸਿੱਖ ਇਤਿਹਾਸ ਹੈ ਕੋਈ ਇੱਕ ਵੀ ਬੰਦਾ ਕਹਿ ਦੇਵੇ ਕਿ ਸਿੱਖਾਂ ਨੇ ਆਪਣੇ ਇਤਿਹਾਸ ਤੇ ਚੱਲਦਿਆਂ ਹੋਇਆਂ ਕਿਸੇ ਇੱਕ ਵੀ ਬੇਕਸੂਰ ਨੂੰ ਮਾਰਿਆ ਹੋਵੇ ਤੇ ਫਿਰ ਕਿਵੇਂ ਸਾਡੇ ਸ਼ਾਸਤਰੇ ਗਲਤ ਹੋ ਗਏ ਜਿਹੜੇ ਸ਼ਾਸਤਰ ਤੁਹਾਡੀਆਂ ਇੱਜ਼ਤਾਂ ਬਚਾਉਂਦੇ ਰਹੇ ਹੈ ਜਿਹੜੇ ਸ਼ਾਸਤਰਾਂ ਨੇ ਹਿੰਦੁਸਤਾਨ ਦੀਆਂ ਬਰੂਹਾਂ ਬਚਾਈਆਂ ਨੇ ਉਹ ਸ਼ਾਸਤਰ ਕਿਵੇਂ ਗਲਤ ਹੋ ਗਏ ਜਦੋਂ ਅਹਿਮਦ ਸ਼ਾਹ ਅਬਦਾਲੀ 5-5 ਲੱਖ ਫੌਜ ਲੈ ਕੇ ਆਉਂਦਾ ਸੀ ਪੂਰੇ ਹਿੰਦੁਸਤਾਨ ਦੇ ਮੰਦਰਾਂ ਨੂੰ ਲੁੱਟਦਾ ਸੀ 22-25 ਹਜ਼ਾਰ ਬੇਟੀਆਂ ਬੱਚੀਆਂ ਨੂੰ ਚੱਕ ਕੇ ਲੈ ਕੇ ਜਾਂਦੇ ਸੀ ਉਦੋਂ ਬਾਬਾ ਚੜ੍ਹ ਸਿੰਘ ਵਰਗੇ ਬਾਬਾ ਦੀਪ ਸਿੰਘ ਵਰਗੇ ਜੱਸਾ ਸਿੰਘ ਆਲੂਵਾਲੀਆ ਵਰਗੇ ਇਹ ਤਲਵਾਰਾਂ ਲੈ ਕੇ ਨਿਕਲਦੇ ਸੀ ਉਹਨਾਂ ਨੂੰ ਲੈ ਕੇ ਆਉਂਦੇ ਸੀ ਤੇ ਅੱਜ ਉਹੀ ਸ਼ਾਸਤਰ ਗਲਤ ਹੋ ਗਏ ਆ ਕੌਮ ਨੂੰ ਦਬਾਇਆ ਜਾ ਰਿਹਾ ਹੈ ਤੁਸੀਂ ਜੰਗ ਦੇ ਵਿੱਚੋਂ ਸਿੱਖ ਕੌਮ ਬਰੂਦ ਦੇ ਢੇਰ ਤੇ ਬੈਠੀ ਹੈ ਤੁਸੀਂ ਜੰਗ ਦੇ ਵਿੱਚ ਖੜੇ ਹੋ ਜਦੋਂ ਸਿੱਖ ਕੌਮ ਵੱਡੇ ਘੱਲੂਘਾਰੇ ਦੇ ਵਿੱਚ ਖੜੀ ਸੀ ਉਦੋਂ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਉਣ ਲਈ ਨਹੀਂ ਸੀ ਲੜ ਰਹੀ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਲੜ ਰਹੇ ਸੀ ਇਹ ਜਿੰਨੇ ਪਰਿਵਾਰ ਜਿੰਨੇ ਬੱਚੇ ਅਸੀਂ ਇੱਥੋਂ ਬਚਾ ਕੇ ਲੈ ਗਏ ਇਹ ਸਾਡੀ ਜਿੱਤ ਹੋਊ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਲੜਨਾ ਅੱਜ ਸਾਡੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਹੈ ਦੀਪ ਸਿੰਘ ਸਿੱਧੂ ਵਿਚਾਰਾ ਕਹਿੰਦਾ ਰਿਹਾ ਕਹਿੰਦਾ ਕਹਿੰਦਾ ਸ਼ਹੀਦ ਹੋ ਗਿਆ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਅਸੀਂ ਫੇਰ ਨਹੀਂ ਮੰਨਦੇ ਪੰਜਾਬ ਦਾ ਇੱਕ ਬੰਦਾ ਮਾੜੀ ਜਿਹੀ ਆਵਾਜ਼ ਕੱਢੇ ਉਹਨੂੰ ਜਦੇ ਹੀ ਅਗਲੇ ਦਿਨ ਸਟੇਟ ਆ ਦਿੰਦੀ ਹੈ ਸਿੱਧੂ ਮੂਸੇਵਾਲਾ ਕਿੱਡਾ ਵੱਡਾ ਸੈਲੀਬ੍ਰਿਟੀ ਸਟਾਰ ਸੀ ਉਹ ਦੁਨੀਆ ਉਹਨੂੰ ਜਾਣਦੀ ਸੀ ਇੱਕ ਉਹਨੇ ਬਿਆਨ ਦਿੱਤਾ ਖਾਲਸਾ ਰਾਜ ਬਾਰੇ ਅਗਲੇ ਦਿਨ ਹੀ ਉਹਦਾ ਮਰਡਰ ਕਰ ਦਿੱਤਾ ਜਾਂਦਾ ਸਟੇਟ ਕਿੰਨੀ ਐਕਟਿਵ ਹੈ ਅਸੀਂ ਕਿੰਨੇ ਐਕਟਿਵ ਹਾਂ ਪੰਜਾਬ ਦੀ ਧਰਤੀ ਤੇ ਕੋਈ ਐਕਸਪਲੋਜ਼ਿਵ ਫੜਿਆ ਗਿਆ ਹੋਵੇ ਪੰਜਾਬ ਦੀ ਧਰਤੀ ਤੇ ਇੱਕ ਵੀ ਫਾਇਰਿੰਗ ਹੋਈ ਹੋਵੇ ਫਿਰ ਤਾਂ ਤੁਸੀਂ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਬਣਾਓ ਤੁਹਾਨੂੰ ਕੇਵਲ ਵੋਟਾਂ ਲਈ ਵਰਤਿਆ ਜਾਂਦਾ ਹੈ ਘੱਟ ਕੌਮ ਘੱਟ ਗਿਣਤੀ ਕੌਮਾਂ ਤੇ ਜਦੋਂ ਤਸ਼ੱਦਦ ਹੁੰਦਾ ਹੈ ਉਦੋਂ ਵੱਧ ਗਿਣਤੀ ਵਾਲੇ ਲੋਕ ਖੁਸ਼ ਹੁੰਦੇ ਆ ਉਹ ਵੋਟਾਂ ਪਾਉਂਦੇ ਆ 84 'ਚ ਇਹੀ ਹੋਇਆ ਤੁਹਾਡੀ ਨਸ਼ਲਕੁਸ਼ੀ ਕੀਤੀ ਗਈ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ 350-400 ਗੁਰਦੁਆਰਾ ਸਾਹਿਬ ਸਾੜ ਦਿੱਤੇ ਗਏ ਇੱਕ ਔਰਤ ਦੀ ਇੱਜ਼ਤ 8 ਬੰਦਿਆਂ ਨੇ ਰਲ ਕੇ ਲੁੱਟੀ ਉਹਦੇ ਪੁੱਤ ਦੇ ਸਾਹਮਣੇ ਤੁਸੀਂ ਫੇਰ ਨਹੀਂ ਸਮਝਦੇ ਇੰਨਾ ਕੁਝ ਸਿੱਖ ਕੌਮ ਦੇ ਹੋਣ ਦੇ ਬਾਵਜੂਦ ਉਹ ਸਰਕਾਰਾਂ ਜਿੱਤਦੀਆਂ ਰਹੀਆਂ ਤੁਸੀਂ ਫੇਰ ਨਹੀਂ ਸਮਝੇ ਜਦੋਂ ਇਹਨਾਂ ਦੀਆਂ ਕੁਰਸੀਆਂ ਖਿਸਕਦੀਆਂ ਉਦੋਂ ਇਹ ਘੱਟ ਗਿਣਤੀ ਕੌਮਾਂ ਨੂੰ ਮਾਰਦੇ ਆ ਤੇ ਆਪਣੀਆਂ ਵੋਟਾਂ ਲੈਂਦੇ ਤੁਹਾਨੂੰ ਫਿਜ਼ੀਕਲ ਵਾਇਲੈਂਸ ਨਹੀਂ ਤੁਹਾਡੇ ਤੇ ਹੁਣ ਹੋਣੀ ਬਾਹਲੀ ਕਰਨਗੇ ਪਰ ਉਸ ਲੈਵਲ ਤੇ ਨਹੀਂ ਕਰਨਗੇ ਕਿਉਂਕਿ ਤੁਹਾਡੀ ਕੌਮ ਦੀ ਇੱਕ ਜ਼ਰੂਰਤ ਹੈ
ਸਾਡੀ ਇੱਕ ਜੁਰਤ ਹੈ। ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਸਿੰਬੋਲਿਕ ਐਕਟਾਂ ਨਾਲ ਮਾਰਨਾ ਹੈ, ਫਿਜ਼ੀਕਲੀ ਇਹ ਨਹੀਂ ਮਰਨੀ। ਉਹੀ ਦੇਸ਼ ਹੈ ਅੱਜ ਵੀ ਮੁਸਲਮਾਨਾਂ ਦੇ ਉੱਤੇ ਦੰਗੇ ਕਰ ਦਿੱਤੇ ਜਾਂਦੇ ਨੇ, ਪਰ ਅੱਜ